ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਆਰ ਫਸਟ ਵਲੌਗ ਇਹ ਸਾਡਾ ਪਹਿਲਾ ਵਲੌਗ ਆ ਮੈਂ ਜਸ ਅਸੀਂ ਆਏ ਹਾਂ ਅੱਜ ਹੈਦਰਾਬਾਦ ਔਰ ਹੈਦਰਾਬਾਦ ਦੇ ਵਿੱਚ ਆਪਾਂ ਆਏ ਹਾਂ ਘੁੰਮਣ ਘੁੰਮਣ ਅਸੀਂ ਆਏ ਹਾਂ ਲੁੰਬਨੀ ਪਾਰਕ ਜਿੱਥੇ ਪੂਰਾ ਵਰਲਡ ਦਾ ਜਿੱਥੇ ਕਿ ਬੁੱਧਾ ਦਾ ਸਟੈਚੂ ਹੈ ਉੱਥੇ ਸਪੀਡ ਬੋਟਿੰਗ ਵੀ ਹੈ ਔਰ ਬੋਟਸ ਦੇ ਉੱਤੇ ਜਿਹੜਾ ਉਹ ਸਟੈਚੂ 'ਤੇ ਲੈ ਕੇ ਜਾਂਦੇ ਆ ਇੱਧਰ ਨੂੰ ਤੁਸੀਂ ਦੇਖੋ ਇਹ ਪੂਰਾ ਇੱਥੇ ਹੁਸੈਨ ਸਾਗਰ ਆ ਦੂਰੋਂ ਦੂਰੋਂ ਲੋਕ ਆਉਂਦੇ ਇੱਥੇ ਘੁੰਮਣ ਫਿਰਨ ਬਾਕੀ ਅੱਗੇ ਜਾ ਕੇ ਕੰਟੀਨਿਊ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਇੱਕ ਚੀਜ਼ ਨਾ ਇੱਥੇ ਬਹੁਤ ਵਧੀਆ ਵਾ ਜਿਹੜਾ ਕਿ ਮੋਸਟਲੀ ਲੇਡੀਜ਼ ਜਿਹੜੀਆਂ ਵਾ ਉਹ ਇਹਨਾਂ ਨੇ ਇੱਥੇ ਸ਼ੋਪਸ ਹੈਂਡਲ ਕਰਦੀਆਂ ਵਾ ਪਾਰਕਿੰਗ 'ਚ ਗਏ ਸੀ ਉੱਥੇ ਵੀ ਲੇਡੀਜ਼ ਹੈਂਡਲ ਕਰਦੀਆਂ ਆਹ ਪੂਰਾ ਲੁੰਬਨੀ ਪਾਰਕ ਚੱਲਦਾ ਪਿਆ ਇੱਧਰ ਵਾਲੇ ਪਾਸੇ ਨਾਲ ਦੇ ਨਾਲ ਆਪਾਂ ਚਲੋ ਅੰਦਰੋਂ ਦਿਖਾਉਂਦਾ ਇੱਧਰ ਤੁਹਾਨੂੰ ਦਿਖਾਉਂਦੇ ਹਾਂ ਇੱਥੇ ਨਿਊ ਸੈਕਟਰੇਟ ਬਿਲਡਿੰਗ ਬਣਦੀ ਪਈ ਹੈ ਹੈਦਰਾਬਾਦ ਦੇ ਵਿੱਚ ਥੋੜ੍ਹੇ ਟਾਈਮ ਦੇ ਵਿੱਚ ਪੂਰੀ ਹੋਏਗੀ ਸਾਨੂੰ ਵੀ ਅਜੇ ਇੰਨੀ ਕੁ ਨੌਲੇਜ ਆ ਪਰ ਬਹੁਤ ਵਧੀਆ ਬਣਦੀ ਪਈ ਆ ਔਰ ਇਹ ਸਾਰਾ ਇੱਥੇ ਰਸਤਾ ਬਣਿਆ ਚੱਲਣ ਵਾਸਤੇ ਇਹ ਰੋਡ ਹੈ ਰੋਡ ਬੜੇ ਸਾਫ਼ ਸੁਥਰੇ ਆ ਬਟ ਟ੍ਰੈਫਿਕ ਬਹੁਤ ਆ ਚਲੋ ਬਾਕੀ ਅੱਗੇ ਜਾ ਕੇ ਦੱਸਦੇ ਇੱਥੇ ਹੁਣ ਆਪਾਂ ਆਏ ਹਾਂ ਲੁੰਬਨੀ ਪਾਰਕ ਦੀ ਐਂਟਰੈਂਸ ਦੇ ਉੱਤੇ ਆਹ ਤੁਸੀਂ ਗੇਟ ਦੇਖ ਸਕਦੇ ਹੋ ਗੇਟ ਬਹੁਤ ਵਧੀਆ ਬਣਿਆ ਵਾ ਔਰ ਐਂਟਰੈਂਸ 'ਤੇ ਟਿਕਟ ਕਾਊਂਟਰ ਹੈ ਟਿਕਟ ਲੈ ਕੇ ਅੰਦਰ ਜਾਵਾਂਗੇ ਔਰ ਹੋਰ ਇੱਕ ਵਧੀਆ ਚੀਜ਼ ਇਹ ਹੈ ਕਿ ਇੱਥੇ ਟਿਕਟਸ ਦਾ ਰੇਟ ਬਹੁਤ ਘੱਟ ਆ ਇਹ ਨਹੀਂ ਕਿ 200-400 ਰੁਪਏ ਨਹੀਂ 20-25 ਮੈਕਸੀਮਮ 30-40 ਰੁਪਏ ਟਿਕਟ ਦਾ ਪ੍ਰਾਈਜ਼ ਹੋਊਗਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਟਿਕਟਸ ਦੇ ਪ੍ਰਾਈਜ਼ ਬਹੁਤ ਘੱਟ ਆ ਅਡਲਟ ਦੀ ਸਿਰਫ 20 ਰੁਪਏ ਟਿਕਟ ਆ ਆਹ ਟਿਕਟ ਲੈ ਕੇ ਆਈ ਆ ਟਿਕਟ ਤੁਸੀਂ ਵੇਖ ਸਕਦੇ ਹੋ ਦੋ ਜਣਿਆਂ ਦੀ ਟਿਕਟ ਆ ਔਰ ਸਿਰਫ 40 ਰੁਪਏ ਲੱਗੇ ਆ ਸਾਡੇ ਸਪੀਡ ਬੋਟ ਟਿਕਟ ਲੈ ਕੇ ਆਪਾਂ ਆ ਚੁੱਕੇ ਹਾਂ ਹੁਣ ਇੱਥੇ ਬੈਠੇ ਹਾਂ ਇਸ ਤੋਂ ਅੱਗੇ ਸਪੀਡ ਬੋਟ ਆ ਖੜ੍ਹੀ ਆ ਤੁਸੀਂ ਬੋਟਸ ਦੇਖਣਾ ਚਾਹੁੰਦੇ ਹੋ ਆਹ ਸਾਰੀਆਂ ਇੱਧਰ ਬੋਟਸ ਲੱਗੀਆਂ ਹੋਈਆਂ ਇਹਨਾਂ ਵਿੱਚ ਇਹਨਾਂ ਨੇ ਸਾਨੂੰ 5 ਮਿੰਟਸ ਦਾ ਰਾਊਂਡ ਦੇਣਾ ਵਾ 4 ਜਣਿਆਂ ਤੱਕ ਦੀ ਟਿਕਟ ਹੈਗੀ ਆ 350 ਭਾਵੇਂ 1 ਜਾਵੇ ਭਾਵੇਂ 4 ਜਾਣ ਭਾਵੇਂ 2 ਬਾਕੀ ਬੋਟ ਦੇ ਵਿੱਚ 5 ਮਿੰਟਸ ਦਾ ਰਾਊਂਡ ਦੇਣਾ ਉਹਨਾਂ ਨੇ ਪੂਰਾ ਆਹ ਤੁਸੀਂ ਦੇਖ ਸਕਦੇ ਹੋ ਬੁੱਧਾ ਦਾ ਸਟੈਚੂ ਹੈ ਇਹਦੇ ਰਾਊਂਡ ਘੁਮਾ ਕੇ ਲਿਆਉਣਾ ਉਹਨਾਂ ਨੇ ਇੱਥੇ ਰੋਕਣਾ ਨਹੀਂ ਹੈ ਜੇ ਉੱਤੇ ਜਾਣਾ ਹੋਵੇ ਅਤੇ ਉਹਦੇ ਵਾਸਤੇ ਆਹ ਇੱਧਰੋਂ ਸ਼ਿਪਸ ਜਾਂਦੀਆਂ ਜਿਹੜੀਆਂ ਵੱਡੀਆਂ ਵੱਡੀਆਂ ਛੁੱਟੀਆਂ ਉਹ ਫਿਰ ਪੂਰਾ ਭਰ ਕੇ ਲੋਕਾਂ ਦੀ ਸ਼ਿਪ ਉਹਦੇ ਵਿੱਚ ਜਾਂਦੀ ਹੈ ਅਸੀਂ ਬੈਠ ਚੁੱਕੇ ਹਾਂ ਸਪੀਡ ਬੋਟ ਦੇ ਵਿੱਚ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਪੂਰਾ ਸਮੁੰਦਰ ਲੱਭ ਰਿਹਾ ਔਰ ਬੁੱਧਾ ਦਾ ਸਟੈਚੂ ਹੈ ਜਿਹਦੇ ਅਰਾਊਂਡ ਇਹਨਾਂ ਨੇ ਘੁੰਮਾਉਣਾ ਸਾਨੂੰ ਬਹੁਤ ਸਪੀਡ ਜਾ ਰਹੀ ਹੈ ਬੋਟ ਲੰਬਾ ਰਾਊਂਡ ਲਗਾਓ ਹਾਂ ਅੱਗੇ ਜਾ ਕੇ ਕੰਟੀਨਿਊ ਕਰਦੇ ਥੋੜ੍ਹਾ ਜਿਹਾ ਰਾਈਡ ਇੰਜੋਏ ਕਰਕੇ
नाइस 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 खत्म खत्म हो गया ये साड़ी स्पीड बोट और आ भाजी जेडे सानू घुमा के लिया है बहुत नज़ारा आया ड्राइवर ही बहुत वधिया भाजी दी हैवी ड्राइवर है हैवी ड्राइवर कोई नहीं इधर आ जा तीन धुप्पे आ जाना तुम व्लॉग बनाना हूँ स्पीड बोट तो बाद अं दूसरी बोट ते आ गए हैं वो सानू बुद्धा के स्टैचू उत्ते तो नहीं लैके गए हूँ ये उत्ते आप बुद्धा के स्टैचू जावे यदि टिकट हैगी 50 रुपए पर परसन बहुत कन्वीनियंट है जगह घूमने वास्ते तीन फैमिली ना आ सकते हो तो बहुत हूँ इतने जाके इन्होंने शिप रोक खड़ी है इतों उतर के फिर आप उत्तर जाके सारा घूम के तहत पूरा इन्फॉर्मेशन दें और दसने किमें किमें बनया और हिस्ट्री है लो जी मैडम उन्होंने मरिंडा और लेस चक लिया इन्हों का खाना पीना हो गया चालू ये नहीं रही भुखी तो बाकी आप बुद्धा के स्टैचू पहुँच गए हैं आसे पासे टोटल देखो समुद्र है पूरे सेंटर के बुद्धा का स्टैचू है बनया हुआ शिप च पा के आप आए हैं कई लोगों इतने तुम कल आने वाली शिप नहीं मिलती सारे आना पैंता यदि एक हिस्टरी यह आ कि यह सिर्फ एक पत्थर के तराश के बनया हुआ वा कोई भी ये जॉइंट नहीं है और यही यदि एक फेमस चीज़ आ बाकी तुम वेख सकते हो समुद्र की सफाई अच्छी आ व्यू बहुत वधिया हवा ठंडी चलती पी आदा गर्मी भी आ एक बार भी नहीं कहा कि तुम पी लो हवा बहुत सोहनी चलती पी आ मज़ा भी है घूमन का कोई महंगी जगह नहीं हैगी महंगी सिटी नहीं हैगी बस आन जान का अपना देखो बाई ट्रेन आ सकते हो तुम किसी भी जगह तो आ रहे हो फ्लाइट भी आँदी आ और आके तुम इतने इंजॉय कर सकते हो बाकी देखो पूरी दुनिया पिछे वधिया इंजॉय करते वैदर बदल हो गर्मी है मरिंडा उन्होंने सानू 5 रुपए महंगी लाई है देखो गाइस इतने एक अंकल फोटोग्राफ्स क्लिक करते हैं इतने भीड़ चेक करो ये हूँ खिंच के लगे ने हूँ इन्होंने कॉपी देने सानू मतलब सॉरी भीड़ वेखो बचो अपना भी सरदार है जी चेक कर बहुत वड्डा स्टैचू आ वेदर भी अच्छा आ पंजाब नालों इतने पंजाब तो बड़ी ठंड पैंती हुई है हम पर इतने का सीने छोटे चंगा होया वैसे इन टाइम से आ गई मिली फोटो मैडम 20 मिली फोटो मिली फोटो बटन लगे ਤੋਪ ਗਰਮੀ ਬੜੀ ਆ ਗਰਮੀ ਬਹੁਤ ਆ ਅੰਦਰ ਜਾਈਏ ਜੋੜੇ ਹੁਣ ਮੈਂ ਉਹੀ ਕਹਿੰਦੀ ਪਈ ਆ ਕਿ ਚੰਗਾ ਹੋਇਆ ਇੱਥੇ ਆ ਗਿਆ ਇੰਨੀ ਠੰਡ ਵੀ ਨਹੀਂ ਬਰਦਾਸ਼ਤ ਹੁੰਦੀ ਆ ਸਾਲ ਦੀ ਛੁੱਟੀਆਂ 40 ਹੋ ਰਹੀਆਂ ਦਿਨ ਸਨਾ ਪਈ ਆ 500 ਕਮੇ ਦੇ 40 ਗਾਈਸ ਫੋਟੋ ਅਸੀਂ ਲੈ ਲਈਆਂ ਫੋਟੋ ਸੋਹਣੇ ਕਿੱਥੇ ਆ ਬੰਦੇ ਨੇ ਪਤਾ ਕਹੋਗੇ ਬੰਦੇ ਨੇ ਚਾਹ ਨਹੀਂ ਤੇਰੀ ਇੱਕ ਫੋਟੋ ਬੋਲ ਕੇ ਜਿਦਾਰ ਤੇ ਪਾ ਗਏ ਹੋਇਆ ਕਹਿੰਦਾ ਛੁੱਟੇ ਹੈ ਨਹੀਂ बाकी इतने लुमनी पार्क के अंदर बड़िया शॉप छोटिया छोटिया लगिया हुई हैं जितों तुम मतलब वधिया वधिया चीज़ा अपने लिए मैमोरीज के तौर पर खरीद सकते हो आ सारिया इतने शॉप्स जिन्हें वक्रे वक्रे आइटम है प्राइज़ भी इन्हों के ठीक आ मार्केट तो आप कंपेयर करके देखा थोड़ा मार्केट ना अच्छे है प्राइजिज और तुम जो कुछ पसंद आए तो इतों जरूर लै सकते हो मैमोरीज लिए फोटो फ्रेम्स या होर चीज़ा बहुत वधिया वधिया इतों मतलब मिल जाती मैडम शॉपिंग करते पे अपने लिए ईयरिंग्स के देखो हूँ की इन्हों पसंद आता लो जी दो पीस चुक लेने पर्ल्स वेलकम अगेन जो आप आए हुए ही उदो शावर बंद सीगा तुहानू आपां उदा एक व्यू दिखाया ही हुण जांदे जांदे तुहानू दिखाने कि शावर ऑन हो चुकिया वा और लोग पिछों लंघ के जा रहे तुसीं वेख सकदे हो कि सारे किन्ना इंजॉय करते पे आ चलो पानी थोड़ा जिहा गंदा पर फिर भी बड़े हुए सारे विच पूरा मजे करते पे आ तुसीं एस्टीमेट ला सकदे हो पंजाब च दसंबर का जनवरी का महीना और इत्थे किन्नी गर्मी आ जड़ा कि लोग ना नहाते पे खुश हो गए
मैडम अपनी थोड़ी जी थक गई है, मैं लगता हूँ लैके जाना पैना अज के दिन की इतने छुट्टी हो रही है घूमन फिरन की साड़ी, कुछ खा पीएंगे वो अगे पावे बच्चे तो बाकी रस्ते जाते हुए तुम दिखाने। पंजाब की ठंड के हिसाब न कंपेयर कर सकते तुम, इतने गर्मी वाला हदवाणा चलन डाया और भी रुपए के बार बाउल मिल जाते हैं। स्ट्रीट फूड इतने वधिया भी आ और सस्ता भी है, बस इतों के जोड़े गोलगप्पे आ वो बिल्कुल डिफरेंट है पंजाब नालों, क्योंकि उत्तर गर्म कांजी होंगी है गोलगप्पिया की बिच छोले पा के डंडे गर्म खट्टी भी होंगी। बाकी इतने गोलगप्पिया गोलगप्पे नहीं कहते, आते वेख सकते रेहड़ी लगी मगर इनू गप चुप कहते हैं और टिक्की इतने कहते कटलेट। देखो लंबी क्रेन है कोई मतलब नहीं, आपो अपने काम च बिजी है, जे कि गड्डी भी थक जांदी है तां भी चुप करके निकल जांदे आ। झंजरू भर जूगा वेखण वाली चीज होगी, एहो जे काम बड़े है इत्थे। जाना किधर तू? Thank you.